ਗੁਰਦਾਸਪੁਰ ਤੋਂ 911 ਲੈ ਪਹੁੰਚਿਆ ਸਿੱਧੂ ਦੀ ਹਵੇਲੀ ਇੱਕ ਕਰੇਜ਼ੀ ਫੈਨ ਚਾਹੇ ਟਰੈਕਟਰ ਵੀ ਨਹੀਂ ਚਲਾਉਣਾ ਆਉਂਦਾ ਪਰ ਸਿੱਧੂ ਦੇ 911 ਦੀ ਕਾਪੀ ਲੈ ਕੇ ਪਹੁੰਚ ਗਿਆ ਹਵੇਲੀ ਤੇ ਪਿਤਾ ਨੂੰ ਕਿਹਾ ਕਿ ਮੈਨੂੰ ਵੀ ਸਿਖਾਓ ਚਲਾਉਣਾ ਸਿੱਧੂ ਮਸੇਵਾਲਾ ਦੀ ਹਵੇਲੀ ਸਿੱਧੂ ਦੇ ਫੈਨ ਵੱਖ-ਵੱਖਰੇ ਤਰੀਕੇ ਦੇ ਨਾਲ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਦੇ ਨੇ ਪਰ ਅੱਜ ਇੱਕ ਕਰੇਜ਼ੀ ਫੈਨ ਦੇਖਣ ਨੂੰ ਮਿਲਿਆ ਜੋ 9911 ਲੈਤਾ ਆ ਪਰ ਉਸ ਨੂੰ ਚਲਾਉਣਾ ਨਹੀਂ ਆਉਂਦਾ ਸੀ ਗੁਰਦਾਸਪੁਰ ਤੋਂ ਇਹ ਇੱਕ ਡਰਾਈਵਰ ਨਾਲ ਲੈ ਕੇ ਸਿੱਧੂ ਦੀ ਹਵੇਲੀ ਪਹੁੰਚਦਾ ਹੈ ਤੇ ਸਿੱਧੂ ਦੇ ਪਿਤਾ ਤੋਂ ਇਹ ਜਾਣਕਾਰੀ ਲੈਂਦਾ ਹੈ ਵੀ ਇਹ ਜੋ ਸਿੱਧੂ ਦਾ 9911 ਸੀ ਇਸ ਨੂੰ ਕਿੱਥੋਂ ਤਿਆਰ ਕਰਵਾਇਆ ਗਿਆ ਤੇ ਸਿੱਧੂ ਦੇ ਪਿਤਾ ਨੇ ਵੀ ਇਸ ਨੌਜਵਾਨ ਨੂੰ ਟਰੈਕਟਰ ਤੇ ਬਿਠਾ ਕੇ ਇੱਕ ਰਾਈਡ ਦਿਖਾਈ ਅਤੇ ਦੱਸਿਆ ਵੀ ਕਿਹੜੀ-ਕਿਹੜੀ ਚੀਜ਼ ਕਿਹੜੀ-ਕਿਹੜੀ ਜਗ੍ਹਾ ਤੋਂ ਬਣਵਾਈ ਗਈ ਹੈ ਤੇ ਉਸ ਜਗ੍ਹਾ ਦਾ ਵੀ ਦੱਸਿਆ ਬੰਦੇ ਦਾ ਨੰਬਰ ਵੀ ਦਿੱਤਾ ਵੀ ਕਿੱਥੋਂ-ਕਿੱਥੋਂ ਤੁਸੀਂ ਉਹ 911 ਤਿਆਰ ਕਰਵਾ ਸਕਦੇ ਹੋ ਸਿੱਧੂ ਦੇ ਪਿਤਾ ਨੇ 911 ਉੱਪਰ ਬੈਠਦੇ ਇੱਕ ਗੱਲ ਮਹਿਸੂਸ ਕੀਤੀ ਕਿ ਸਿੱਧੂ ਜਦੋਂ ਟਰੈਕਟਰ ਚਲਾਉਂਦਾ ਸੀ ਤਾਂ ਲੋਕ ਖੜਖੜ ਕੇ ਦੇਖਦੇ ਸੀ ਅੱਜ ਸਿੱਧੂ ਦੇ ਪਿਤਾ ਵੀ ਹੂ ਬਹੂ ਸਿੱਧੂ ਦੀ ਤਰ੍ਹਾਂ ਲੱਗ ਰਹੇ ਸੀ ਜਦੋਂ ਟਰੈਕਟਰ ਦੇ ਉੱਪਰ ਬੈਠੇ ਤਾਂ ਸਵਾਲ ਦਾ ਜਵਾਬ ਦਿੰਦੇ ਵੀ ਉਹਨਾਂ ਇਹੀ ਕਿਹਾ ਕਿ ਕੋਸ਼ਿਸ਼ ਕਰਦੇ ਆ ਥੋੜਾ ਬਹੁਤ ਸਿੱਧੂ ਦੀ ਤਰ੍ਹਾਂ ਬਣਨ ਦੀ ਕਿਉਂਕਿ ਸਿੱਧੂ ਜਿਸ ਅਣਖ ਦੇ ਨਾਲ ਜਾਂਦਾ ਸੀ ਜਿਹੜੀਆਂ ਗੱਲਾਂ ਕਰਦਾ ਸੀ ਅਸੀਂ ਵੀ ਉਸ ਰੁਤਬੇ ਨਾਲ ਜ਼ਿੰਦਗੀ ਨੂੰ ਜਿਉਉਂਦੇ ਆ ਤੇ ਅੱਜ ਜਦੋਂ ਇਹ ਫੈਨ ਪਹੁੰਚਦਾ ਹੈ ਤਾਂ ਫੈਨ ਵੀ ਬਹੁਤ ਸਾਰੀਆਂ ਭਾਵਕ ਗੱਲਾਂ ਕਰਦਾ ਇਸ ਦਾ ਕਹਿਣਾ ਹੈ ਕਿ ਟਰੈਕਟਰ ਮੈਂ ਕਦੇ ਜ਼ਿੰਦਗੀ 'ਚ ਨਹੀਂ ਚਲਾਇਆ ਪਰ ਸਿੱਧੂ ਕਰਕੇ ਮੈਨੂੰ ਇਹ ਟਰੈਕਟਰ ਲੈਣਾ ਪਿਆ ਤੇ ਅੱਜ ਹਵੇਲੀ ਆਉਣ ਦਾ ਕਾਰਨ ਵੀ ਇਹੀ ਸੀ ਹਾਲਾਂਕਿ ਮੈਨੂੰ ਟਰੈਕਟਰ ਨਹੀਂ ਚਲਾਉਣਾ ਆਉਂਦਾ ਪਰ ਇੱਕ ਡਰਾਈਵਰ ਨਾਲ ਲੈ ਕੇ ਆਏ ਆ ਉਹ ਡਰਾਈਵਰ ਟਰੈਕਟਰ ਨੂੰ ਚਲਾ ਕੇ ਇੱਥੋਂ ਤੱਕ ਲਿਆ ਆ ਤੇ ਸਿੱਧੂ ਦੇ ਪਿਤਾ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਇਹ ਟਰੈਕਟਰ ਕਿੱਥੇ ਤਿਆਰ ਹੁੰਦਾ ਸਿੱਧੂ ਨੇ ਕਿੱਥੋਂ 911 ਤਿਆਰ ਕਰਵਾਇਆ ਸੀ ਸਿੱਧੂ ਦਾ 911 ਬ੍ਰਾਂਡ ਬਣ ਚੁੱਕਾ ਹੈ ਤੇ ਸਿੱਧੂ ਦੇ ਪਿਤਾ ਨੇ ਵੀ ਇਹੀ ਗੱਲ ਕਹੀ ਕਿ ਸਿੱਧੂ ਦਾ 911 ਬ੍ਰਾਂਡ ਹੈ ਤੇ ਉਸ ਬ੍ਰਾਂਡ ਨੂੰ ਜਦੋਂ ਵੀ ਕੋਈ ਖਰੀਦਦਾ ਜਾਂ ਉਸ ਦੀ ਮੋਡੀਫਿਕੇਸ਼ਨ ਕਰਵਾਉਂਦਾ ਤਾਂ ਉਹ ਹਵੇਲੀ ਜ਼ਰੂਰ ਆਉਂਦਾ ਸਿੱਧੂ ਦੇ ਪਿਤਾ ਬਹੁਤ ਜ਼ਿਆਦਾ ਭਾਵਕ ਹੋ ਜਾਂਦੇ ਨੇ ਤੇ ਇੱਕ ਗੱਲੋਂ ਖੁਸ਼ੀ ਵੀ ਹੁੰਦੀ ਹੈ ਕਿ ਉਸ ਦੇ ਪੁੱਤ ਨੇ ਇਹਨਾਂ ਨਾਮ ਨਾਲ ਖੱਟਿਆ ਜੋ ਸਾਰੀ ਉਮਰ ਦੇ ਵਿੱਚ ਕੋਈ ਵਿਅਕਤੀ ਨਹੀਂ ਕੱਟ ਸਕਦਾ ਉਹ ਬਹੁਤ ਭਾਵਕ ਪਲ ਹੁੰਦੇ ਨੇ ਜਦੋਂ ਜਿਸ ਦਾ 6 ਫੁੱਟ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਜਾਂਦਾ ਤੇ ਉਸ ਦੇ ਫੈਨ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਖ-ਵੱਖਰੇ ਤਰੀਕੇ ਦੇ ਨਾਲ ਆਪਣਾ ਜੋਸ਼ ਆਪਣਾ ਦਿਲ ਦਾ ਪਿਆਰ ਸਿੱਧੂ ਦੇ ਲਈ ਜੋ ਵੀ ਉਹਨਾਂ ਦੇ ਸੀਨੇ ਦੇ ਵਿੱਚ ਵਸਿਆ ਹੋਇਆ ਹੈ ਉਸ ਨੂੰ ਲੈ ਕੇ ਪਹੁੰਚ ਜਾਂਦੇ ਨੇ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ 59 11 ਚਲਾਇਆ ਤਾਂ ਇੱਕ ਝਲਕ ਇਸ ਤਰੀਕੇ ਦੀ ਲੱਗਦੀ ਹੈ ਕਿ ਹੁਬਹੂ ਸਿੱਧੂ ਟਰੈਕਟਰ ਚਲਾ ਰਿਹਾ ਹੋਵੇ ਤੇ ਉਹੀ ਹਵੇਲੀ ਦੇ ਵਿੱਚ ਟਰੈਕਟਰ ਦਾ ਚੱਲਣਾ ਉਹੀ ਮੋੜਨਾ ਟਰੈਕਟਰ ਦਾ ਉਸੇ ਟਰੈਕਟਰ ਦਾ ਜਿਸ ਉੱਪਰ ਬੈਠ ਸਿੱਧੂ ਕਦੇ ਰੀਲਾਂ ਪਾਉਂਦਾ ਸੀ ਗੀਤ ਗਾਉਂਦਾ ਸੀ ਅੱਜ ਉਹ ਟਰੈਕਟਰ ਤੇ ਉਹ ਹਵੇਲੀ ਸੁੰਨੀ ਹੈ ਪਰ ਪਿਤਾ ਕਿਤੇ ਨਾ ਕਿਤੇ ਕੋਸ਼ਿਸ਼ ਕਰਦੇ ਆ ਹਵੇਲੀ ਦੇ ਵਿੱਚ ਉਸ ਮਾਇੂਸੀ ਨੂੰ ਖਤਮ ਕਰਨ ਦੀ ਤੁਹਾਨੂੰ ਉਹ ਵੀ ਸੁਣਾਵਾਂਗੇ ਵੀ ਉਸ ਕਰੇਜ਼ੀ ਫੈਨ ਨੇ ਕੀ ਕੀ ਗੱਲਾਂ ਕੀਤੀਆਂ ਉਸਨੇ ਦੱਸਿਆ ਕਿ ਉਸ ਨੂੰ ਵੀ ਕਦੇ ਚੰਡੀਗੜ੍ਹ ਕਦੇ ਬੰਬੇ ਤੋਂ ਆਫਰ ਆਏ ਨੇ ਪਰ ਉਹ ਸਿੱਧੂ ਦੀ ਤਰ੍ਹਾਂ ਆਪਣੇ ਪਿੰਡ ਵਿੱਚ ਰਹਿੰਦਾ ਉਸੇ ਤਰ੍ਹਾਂ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਤੇ ਇਸ ਕਰਕੇ ਉਹ 911 ਟਰੈਕਟਰ ਲੈ ਕੇ ਆਇਆ ਉਹ ਸੁਣੇ ਚਲਾਉਣਾ ਨਹੀਂ ਆਉਂਦਾ ਤੇ ਉਹ ਚਲਾਉਣਾ ਸਿੱਖ ਰਿਹਾ ਹੈ ਅੱਜ ਉਹ ਡਰਾਈਵਰ ਲੈ ਕੇ ਸਿੱਧੂ ਦੀ ਹਵੇਲੀ ਪਹੁੰਚਿਆ ਤੇ ਸਿੱਧੂ ਦੇ ਪਿਤਾ ਤੋਂ ਇਹ ਜਾਣਕਾਰੀ ਲਈ ਹੈ ਕਿ ਇਹ ਟਰੈਕਟਰ ਕਿੱਥੋਂ ਤਿਆਰ ਕਰਵਾਇਆ ਜਾ ਸਕਦਾ ਹੈ ਤੇ ਸਿੱਧੂ ਦੇ ਪਿਤਾ ਨੇ 911 ਉਸ ਨੂੰ ਚਲਾ ਕੇ ਦਿਖਾਇਆ ਤੇ ਬਹੁਤ ਜ਼ਿਆਦਾ ਭਾਵਕ ਮਾਹੌਲ ਹੋ ਜਾਂਦਾ ਜਿਸ ਪੁੱਤ ਨੇ ਟਰੈਕਟਰ ਨੂੰ ਤਿਆਰ ਕਰਾਇਆ ਅੱਜ ਉਹ ਪੁੱਤ ਟਰੈਕਟਰ ਨੂੰ ਚਲਾਉਣ ਦੇ ਲਈ ਹਵੇਲੀ ਦੇ ਵਿੱਚ ਨੇ ਜਿਸ ਨੇ ਹਵੇਲੀ ਤਿਆਰ ਕੀਤੀ ਬੜੇ ਚਾਵਾਂ ਦੇ ਨਾਲ ਅੱਜ ਉਹ ਹਵੇਲੀ ਦੇ ਵਿੱਚ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀ ਕੁਝ ਕਿਹਾ ਤੇ ਉਸ ਫੈਨ ਨੇ ਆਪਣੇ ਗੱਲਾਂ ਦੇ ਵਿੱਚ ਕੀ ਕੀ ਗੱਲਾਂ ਸਾਂਝੀਆਂ ਕੀਤੀਆਂ ਤੇ ਕੀ ਕੀ ਬੋਲਾਂ ਦੇ ਨਾਲ ਸਿੱਧੂ ਨੂੰ ਯਾਦ ਕੀਤਾ ਉਹ ਸਿੱਧੂ ਦੇ ਹਰ ਇੱਕ ਗੀਤ ਨੂੰ ਵੀ ਯਾਦ ਰੱਖਦਾ ਹੁਣ ਤੁਹਾਨੂੰ ਸੁਣਾ ਦਿੰਨੇ ਆ ਉਹ ਗੱਲਾਂ ਜੋ ਸਿੱਧੂ ਦੇ ਪਿਤਾ ਨੇ ਕੀਤੀਆਂ ਇਹ ਤਾਂ ਮਤਲਬ ਸਿੱਧੂ ਦਾ ਜਿਹੜਾ ਬ੍ਰਾਂਡ ਬਣਿਆ ਹੋਇਆ ਹੈ 911 ਕੋਈ ਵੀ ਨਵਾਂ ਟਰੈਕਟਰ ਲੈਂਦਾ ਜਾਂ ਉਹਨੂੰ ਤਿਆਰ ਕਰਵਾਉਂਦਾ ਉਹ ਇੱਕ ਵਾਰੀ ਰਹਿ ਜੂਰ ਲੈ ਕੇ ਜਾਂਦਾ ਇੱਥੋਂ ਕਿੱਥੋਂ ਕਰਵਾਇਆ ਸੀ ਮੈਂ ਵੀ ਉੱਥੇ ਹੀ ਕਰਵਾ ਕੇ ਲਿਆਉਣਾ ਪਿਛਲੇ ਦਿਨ ਵੀ ਤੁਸੀਂ ਦੇਖਿਆ ਹੋਊਗਾ ਮੈਂ 500 ਤੋਂ ਆ ਰਿਹਾ ਸੀ ਪੁਲ ਤੋਂ ਉਤਰਨ ਲੱਗਿਆ ਤਾਂ ਉੱਥੇ ਵੀ ਲੜਕੇ ਨੇ ਰਸਤੇ ਵਿੱਚ ਮੈਨੂੰ ਰੋਕ ਲਿਆ ਵੀ ਅਸੀ ਤੇ ਆ ਕਰਵਾ ਕੇ ਲੈ ਆ ਬਾਪੂ ਨੂੰ ਗਿਫਟ ਕਰਨਾ ਹੈ ਤੇ ਵਧੀਆ ਨੌਜਵਾਨਾਂ ਦਾ ਰੁਝਾਨ ਬਣਿਆ ਹੈ ਹਨਾ ਟਰੈਕਟਰ ਨਾਲ ਪਿਆਰ ਪਿਆ ਤਾਂ ਖੇਤੀ ਨਾਲ ਵੀ ਪਊਗਾ ਤਾਂ ਇੱਕ ਚੰਗੀ ਗੱਲ ਹੈ ਜਦੋਂ ਸਿੱਧੂ ਅੰਕਲ ਚਲਾਉਂਦਾ ਹੁੰਦਾ ਸੀ ਟਰੈਕਟਰ ਅੱਜ ਜਦੋਂ ਤੁਸੀਂ ਬੈਠੇ ਸੀਟ ਤੇ ਤਾਂ ਭਲੇਖਾ ਪਿਆ ਵੀ ਜਿਵੇਂ ਸਿੱਧੂ ਖੁਦ ਟਰੈਕਟਰ ਚਲਾ ਰਿਹਾ ਹੋਵੇ ਅੱਜ ਤੁਸੀਂ ਬੈਠੇ ਸੀਟ ਤੇ ਕਿਵੇਂ ਮੇਰੀ ਵੀ ਕੋਸ਼ਿਸ਼ ਤਾਂ ਇਹੀ ਹੈ ਵੀ ਜੋ ਸਿੱਧੂ ਦਾ ਜਿਸ ਤਰ੍ਹਾਂ ਦਾ ਸੁਭਾਅ ਸੀ ਹਨਾ ਉਦਾਂ ਹੀ ਜ਼ਿੰਦਗੀ ਚੱਲਦੀ ਰਹੇ ਅੱਗੇ ਬਾਬੇ ਦੇ ਉੱਤੇ ਜਿੱਦਾਂ ਕੋਈ ਹੁਕਮ ਹੋਊਗਾ ਉਹਦਾ ਕਰਦੇ ਰਵਾਂਗੇ। ਦਾ ਨਾਮ ਰਾਜ ਹੈ। ਮੈਂ ਹਾਂਜੀ। ਮੈਂ ਗਰਦਾਸਪੁਰ ਤੋਂ ਆਇਆ ਹਾਂ। ਟਰੈਕਟਰ ਤੇ ਆਏ ਸੀ। ਮੈਂ ਇਕੱਲੇ 59 ਘਰ ਲੈ ਕੇ ਆਇਆ। ਸਭ ਤੋਂ ਪਹਿਲਾਂ ਮੈਂ ਘਰ ਲੈ ਕੇ ਨਹੀਂ ਗਿਆ ਇੱਥੇ ਲੈ ਕੇ ਆਇਆ। ਕਿਉਂਕਿ ਮੈਂ ਸਿੱਧੂ ਮੂਸੇਵਾਲਾ ਦਾ ਕਾਫੀ ਵੱਡਾ ਫੈਨ ਹਾਂ। ਕਾਫੀ ਡਾਊਨ ਟੂ ਅਰਥ ਬੰਦੇ ਸੀ ਤੇ ਵਧੀਆ ਨੇਚਰ ਲੱਗਦਾ ਜੀ। ਮੇਰਾ ਵੀ ਨੇਚਰ ਉਨਾ ਵਰਗਾ ਹੀ ਹੈ। ਮੈਂ ਵੀ ਪਿੰਡ ਨਾਲ ਹੀ ਜੁੜਿਆ ਜ਼ਿਆਦਾ। ਮੈਨੂੰ ਵੀ ਆਫਰ ਬਥੇਰੇ ਆਉਂਦੇ ਆ ਚੰਡੀਗੜ੍ਹ ਤੋਂ। ਵੱਡੇ ਵੱਡੇ ਸ਼ਹਿਰਾਜ ਬੰਬਈ ਵਿੱਚ ਨਹੀਂ ਜਾਂਦਾ ਪਰ ਮੈਂ ਮੈਂ ਪਿੰਡ ਵਿੱਚ ਹੀ ਰਹਿਣਾ ਆਪਣੇ ਉੱਥੇ ਕੰਮ ਕਰਨਾ ਮੈਂ ਬ੍ਰਾਂਚ ਮੈਨੇਜਰ ਆ ਭਾਈ ਡੋਮਿਨੋਸ ਪੀਜ਼ਾ ਵਿੱਚ ਐਜ਼ ਅ ਰੈਸਟੋਰੈਂਟ ਇਅਰ ਕੰਮ ਕਰਨਾ ਮੈਂ ਸਾਰੇ ਰੈਸਟੋਰੈਂਟ ਚਲਾਇਆ ਜਲੰਧਰ ਦੇ ਸਾਰੇ ਪਟਿਆਲੇ ਵੀ ਆਫਰ ਆਇਆ ਇਹਨੂੰ ਮਨਾਂ ਕਰਤਾ ਉੱਥੇ ਮੈਂ ਕਿੰਨੇ ਪੈਸੇ ਤੇ ਲੱਗੇ ਐ ਸਾਨੂੰ ਕਿਵੇਂ ਪ੍ਰੇਰਣਾ ਮਿਲੀ ਵੀ 911 ਹੀ ਤਿਆਰ ਕਰਾਣਾ ਹਾਂਜੀ ਕਿੰਨੇ ਪੈਸੇ ਲੱਗੇ ਤੇ ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਵੀ 911 ਚ 4 ਲੱਖ ਤਾਂ ਲਿਆ ਮੈਂ ਐਕਚੁਅਲੀ ਮੈਨੂੰ ਸ਼ੁਰੂ ਤੋਂ ਹੀ ਗੱਡੀ ਦਾ ਇਹਨਾਂ ਸ਼ੌਂਕ ਨਹੀਂ ਮੇਰੇ ਘਰ ਗੱਡੀ ਨਹੀਂ ਹੈ ਮੋਟਰਸਾਈਕਲ ਆ ਮੇਰੇ ਕੋ ਪਲਸਰ 180 ਸੀਸੀ ਹੈ ਉਹ ਵੀ ਜਦੋਂ ਪਹਿਲੀ ਵਾਰ ਹੀ ਆਇਆ ਸੀ ਤੇ ਸੱਤ ਤੋਂ ਪਹਿਲਾਂ ਪੂਰੇ ਗਰਦਾਸਰੋ ਵਿੱਚ ਮੈਂ ਹੀ ਲਿਆ ਸੀ ਸਪੈਸ਼ਲੀ ਪੂਨੇ ਤੋਂ ਮਗਾਇਆ ਹੀ ਮੈਂ ਘਰ ਦੇ ਕਹਿੰਦੇ ਮੈਨੂੰ ਗੱਡੀ ਲੈ ਲੈ ਗੱਡੀ ਬਲੇਰੋ ਲੈ ਲੈ ਜਾਂ ਫਿਰ ਥਾਰ ਲੈ ਲੈ ਮਨੇ ਹੀ ਲੈਣਾ ਤੇ ਟਰੈਕਟਰ ਲੈਣਾ ਮੈਂ 911 ਲੈਣਾ ਕਿਉਂ ਉਦਾਂ ਹੀ ਮੈਨੂੰ ਸ਼ੁਰੂ ਤੋਂ ਸ਼ੌਂਕ ਰਿਹਾ ਹੈ ਪਲੱਸ ਸਿੱਧੂ ਮੂਲੇ ਉਹ ਸੇਵਾਲ ਜੀ ਦਾ ਬ੍ਰਾਂਡ ਹੀ ਹੈ ਤਾਂ ਕਰਕੇ ਕਾਫੀ ਬ੍ਰਾਂਡ ਬਣਾਇਆ ਉਹਨਾਂ ਨੇ ਕਾਫੀ ਡਾਊਨ ਟੂ ਅਰਥੀ ਉਹ ਜੁੜੇ ਇਹਨਾਂ ਚੀਜ਼ਾਂ ਨੂੰ ਅੱਜ ਕੀ ਕੁ ਸਮਝਾਇਆ ਇਹਨਾਂ ਤੋਂ ਫਿਰ ਟਰੈਕਟਰ ਤੇ ਬੈਠੇ ਜੀ ਨਾਲ ਕਾਫੀ ਚੀਜ਼ਾਂ ਸਮਝਾਈਆਂ ਇਹਨਾਂ ਨੇ ਗੇਅਰ ਕਿੱਦਾਂ ਪਾਣੇ ਆ ਕਿੱਦਾਂ ਚੱਲਣਾ ਮੈਨੂੰ ਤੇ ਚਲਾਣਾ ਨਹੀਂ ਆਉਂਦਾ ਮੈਂ ਸਪੈਸ਼ਲੀ ਡਰਾਈਵਰ ਲੈ ਕੇ ਆਇਆ ਉਧਰੋਂ ਓਕੇ ਗਰਦਾਸਪੁਰ ਤੋਂ ਡਰਾਈਵਰ ਲੈ ਕੇ ਆਇਆ ਤੇ ਸਿੱਖਾਂਗਾ ਜਿੱਦਾਂ ਉਹਨਾਂ ਚੀਜ਼ਾਂ ਸਿਖਾਈਆਂ ਉਹਨਾਂ ਨੇ ਤੇ ਹਾਂਜੀ ਔਰ ਇਹਨੂੰ ਮੋਡੀਫਾਈ ਕਰਾਵਾਂਗੇ ਮੈਨੂੰ ਸਿੱਧੂ ਜਿਹੜੇ ਡਾੜੀ ਜੀ ਹੈ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਨੰਬਰ ਦੇ ਦੇਣ ਜਿੱਥੋਂ ਸਿੱਧੂ ਮੁੱਸੇਵਾਲਾ ਜਿਹੜਾ ਹੈਗਾ ਟਰੈਕਟਰ ਬੋਡੀਫਾਈ ਕਰਾਇਆ ਸੀ ਤੋ ਉਧਰ ਮੈਂ ਵੀ ਕਰਾ ਲਾ ਕੇ ਓਕੇ ਥੈਂਕ ਯੂ ਥੈਂਕ